तारीख में लाओ बड़े बड़े मुल्ला इस पाकिस्तान में, किसने कुरान के लिए मार दिया? कुरान इतनी बेकदरी कर दी कुरान की, ये अगर हम इन बच्चों की हौसला अफजाई नहीं करेंगे तो बताओ तो कुरान से जुड़ेगा? नेजे वाले की हौसला अफजाई और कुरान वाले की कोई हौसला अफजाई ना हो? फिर कहते हैं ये मौलवियों को बात नहीं करनी चाहिए। क्यों ना करनी चाहिए? हम पाकिस्तान के शहरी नहीं है, हमारे पास शनाख्ती कार्ड नहीं है, सारा नापुरा का दसो बोलो। कुरान वालों की हौसला अफजाई करनी चाहिए कि नहीं करनी चाहिए? ये मिर्जा साहब जवानी में चले कुरान वालों के साथ, बूढ़े हो गए, इनसे पूछें कितने बच्चों को सर पे हाथ रख के अपनी जेब से हजार हजार रुपया निकाल के संत भी देते हैं, सात हजार रुपया देते हैं कि ले बच्चे तू कुरान की डिग्री हासिल कर। वल्लाह मैं तुम सारा तो वतन में तुम हनून, ये मुसलमान जिन्हें देख के शर्माए यहूद, सबों से कह दिया ना इलाहा तो क्या हासिल, दिलो निगाह मुसलमान नहीं कर बच गए। आज जब जनाब की मरियम बनी ना वजीर अला तो मैंने लोग बड़े सवाल के थे मदरी साहब हम दसों भी बीवी बन गई है, मैं करे कोई जवाब है उस बात का कख नहीं रहता जिदा मादी होवे, अन्ना उस घर का कख नहीं रहता जिते हुकूमत होवे रहता है। आज कितने दोस्त बैठे हैं, मैं तुम्हें अपील करता हूं खुदा के लिए अपनी पार्टियों से निकले, कुरान से जुड़े, रसूलुल्लाह के फरमान से जुड़े, कुरान सुन्नत से जुड़ जाए, अल्लाह तुम्हें इज्जत वाला बना देगा। जो कुरान सुन्नत से जुड़ जाता है अल्लाह कभी भी उसको गिरने नहीं देता। अब्दुल्लाह बिन मसूद कुरान से जुड़े, बोलो किससे जुड़े थे? हाथ जोड़ के उन्हें खड़े करके बोले किससे जुड़े? 44 लाख मरबा मील का हुक्मरान घर आया बैठा है। कितने आया बैठा है? घर 44 लाख मरबा मील का हुक्मरान घर आया। ध्यान के की कहता है उस्मान की माने अब्दुल्ला बोल साडे वर्गे अंदर जाने सारा कटर बना दो, ਸਾਡੀ ਨਾਲੀ ਬਣਵਾ ਦਿਓ, ਸਾਡਾ ਸੀਵਰ ਮੇਨ ਚ ਪਵਾ ਦਿਓ, ਸਾਡਾ ਮੀਟਰ ਲਵਾ ਦਿਓ, ਸਾਡੀ ਛੱਤ ਡਬਲ ਕਰਾ ਦਿਓ, ਮੇਰੇ ਮੁੰਡੇ ਨੂੰ ਸਰਕਾਰੀ ਨੌਕਰੀ ਦੇ ਦਿਓ। ਬੋਲੋ ਕਹਿਣਾ ਸੀ ਨਾ ਅੱਲਾਹੁ ਅਕਬਰ ਅੱਲਾਹ, ਜਿਨ੍ਹਾਂ ਨੇ ਅੱਲਾਹ ਨਾਲ ਲੈਣ ਸਿੱਧੀ ਕੀਤੀ ਹੋਏ ਆਦੇ ਉਸਮਾਨ, ਜੇ ਮੈਨੂੰ ਬਦਲਿਆ ਕੇ ਦੇਣਾ ਚਾਹੁੰਦਾ ਹੈ ਮੈਨੂੰ ਅੱਲਾਹ ਗੁਨਾਹਾਂ ਦੀਆਂ ਮਾਫੀਆਂ ਲੈ ਕੇ ਦੇ ਦੇ। ਇਹ ਕੌਣ ਕਹਿ ਰਿਹਾ ਹੈ ਜਿਹਨੂੰ ਨਬੀ ਪਾਕ ਦੀ ਜ਼ਿਆਰਤ ਵੀ ਮਿਲੀ? ਇਹ ਕੌਣ ਕਹਿ ਰਿਹਾ ਹੈ ਹਜ਼ਰਤ ਉਮਰ ਫਾਰੂਕ ਜਦੋਂ ਉਸ ਲੜਕੀ ਦੇ ਘਰ ਅੱਗੇ ਖੜੇ ਨੇ ਜਿਹਨੇ ਦੁੱਧ ਪਾਣੀ ਨਹੀਂ ਪਾਇਆ ਅਬਦੁੱਲਾ ਬਿਨ ਮਸੂਦ ਨਾਲ, ਹਜ਼ਰਤ ਅਬੂ ਬਕਰ ਸਦੀਕ ਦੇ ਨਾਲ, ਐਡੀਆਂ ਸ਼ਾਨਾਂ ਵਾਲਾ ਅਬਦੁੱਲਾ ਬਿਨ ਮਸੂਦ 3 ਫੁੱਟ ਦਾ ਕੱਦ ਸੀ 4 ਫੁੱਟ ਦਾ, ਤੇ ਸਿਆਪੀਆਂ ਦੇ ਸੀ ਅਬਦੁੱਲਾ ਬਿਨ ਮਸੂਦ ਦੀਆਂ ਪਿੜੀਆਂ ਨੰਗੀਆਂ ਨਿੱਕੀਆਂ ਨਿੱਕੀਆਂ ਨੇ, ਤੇ ਨਬੀ ਪਾਕ ਨੇ ਫਰਮਾਇਆ ਮੇਰੇ ਅਬਦੁੱਲਾ ਦਾ ਮਜ਼ਾਕ ਨਾ ਡਾਇਆ ਕਰੋ, ਉਹ ਪਹਾੜ ਦਾ ਇੰਨਾ ਸ਼ਾਨ ਵਜ਼ਨ ਨਹੀਂ ਜਿੰਨਾ ਮੇਰੇ ਅਬਦੁੱਲਾ ਦੀ ਪਿੜੀ ਦੇ ਇਮਾਨ ਦਾ ਵਜ਼ਨ ਨਹੀਂ। ਬਰਾਤੀ ਮਗਰ ਲਾ ਕੇ ਝੂਠੇ ਬੱਚੇ ਕਰਾਏ ਜਾਣਗੇ, ਉਹਨਾਂ
ਘਰ ਆਵੇ, ਕੋਈ ਕਹਿੰਦਾ ਕਬਰ ਦੀ ਫਿਕਰ ਕਰ। ਲੋਕੀ ਉਹਦੇ ਆਉਣ ਦੇ ਜਸ਼ਨ ਕਰਦੇ ਨੇ, ਲੁੱਡੀ ਪਾਉਂਦੇ ਨੇ, ਢੋਲ ਵਜਾਉਂਦੇ ਨੇ, ਫੁੱਲ ਪੇਸ਼ ਕਰਦੇ ਨੇ, ਪੂਰੇ ਪਿੰਡ ਚ ਪਤਾ ਲੱਗਦਾ ਇਹਦੇ ਘਰ ਵਜ਼ੀਰ ਆਲਮ ਆ ਰਿਹਾ ਹੈ। ਤੇ ਮਦੀਨੇ ਚ 44 ਲੱਖ ਮੁਰੱਬਾ ਮੀਲ ਦਾ ਹੁਕਮਰਾਨ ਅਬਦੁੱਲਾ ਦੇ ਘਰ ਆਇਆ, ਤੇ ਅਬਦੁੱਲਾ ਦੇ ਕੰਨਾਂ ਨੂੰ ਵੀ ਖਬਰ ਨਹੀਂ ਕਿ ਮੇਰੇ ਘਰ ਐਡਾ ਵੱਡਾ ਬਾਦਸ਼ਾਹ ਆਇਆ ਹੈ। ਤੇ ਕਹਿੰਦੇ ਨੇ ਮੈਨੂੰ ਕੀ ਕੋਈ ਫਿਕਰ ਹੈ, ਮੈਨੂੰ ਗੁਨਾਹਾਂ ਦੀਆਂ ਮਾਫੀਆਂ ਲੈ ਕੇ ਦੇ ਦੇ। ਕਹਿੰਦੇ ਨੇ ਅਬਦੁੱਲਾ ਇਹ ਕੰਮ ਮੈਂ ਨਹੀਂ ਕਰ ਸਕਦਾ। ਕਹਿੰਦੇ ਦੂਜੀ ਤਰ ਗੱਲ ਕੋਈ, ਕਹਿੰਦੇ ਦੂਜੀ ਖਾ ਲੈ, ਮੈਨੂੰ ਅੱਲਾ ਦੀ ਰਹਿਮਤ ਲਿਆ ਕੇ ਦੇ ਦੇ। ਕਹਿੰਦੇ ਵੀ ਨਹੀਂ ਲਿਆ ਕੇ ਦੇ ਸਕਦਾ, ਅੱਜ ਕਿੰਨੇ ਬੈਠੇ ਨੇ, ਤੁਹਾਨੂੰ ਕੋਈ ਆਦਮੀ ਤੀਰ ਮਿਲੇ, ਕਦੀ ਕਿਹਾ ਜੀ ਮੈਨੂੰ ਅੱਲਾ ਨਾ ਮਿਲਣ ਦਾ ਤਰੀਕਾ ਦੱਸ ਦੇ, ਕਦੀ ਕਿਸੇ ਬਹਾਦਰ ਭਾਵੇਂ ਭਾਵੇਂ ਲੈ ਆਵੇ, ਮੈਨੂੰ ਅੱਲਾ ਦੀ ਪਹਿਚਾਣ ਦਾ ਤਰੀਕਾ ਦੱਸ ਦੇ। ਇਹ ਮਸਲੇ ਪੁੱਛਦਾ ਵੀ ਮਸਜਿਦ ਚ ਨੂੰ ਕਿੱਧਰ ਨੂੰ ਕਰਕੇ ਨਮਾਜ਼ ਪੜ੍ਹਨੀ ਚਾਹੀਦੀ ਹੈ, ਇਹ ਪੁੱਛਦਾ ਹੈ ਅਧੀਆਂ ਭਾਵਾਂ ਚ ਨਮਾਜ਼ ਹੁੰਦੀ ਕਿਹੜੀ ਹੁੰਦੀ, ਪੈਂਟ ਚ ਨਮਾਜ਼ ਹੁੰਦੀ ਕਿਹੜੀ ਹੁੰਦੀ, ਵਿਰੋਧ ਚ ਨਮਾਜ਼ ਹੁੰਦੀ ਕਿਹੜੀ ਹੁੰਦੀ, ਇਹੋ ਜਿਹੇ ਮਸਲੇ ਪੁੱਛਦਾ ਵੀ ਕਮੇਟੀ ਪਾਉਣੀ ਜਾਇਜ਼ ਕਿ ਨਹੀਂ, ਟੁੱਟੋ ਖੇਡਣੀ ਜਾਇਜ਼ ਕਿ ਨਹੀਂ, ਖੇਵਾਂ ਖੇਡਣੀ ਜਾਇਜ਼ ਕਿ ਨਹੀਂ, ਨੱਬਿਆਂ ਦਾ ਚੌਰੀ ਮੋੜ ਦੇ ਕਿਹੜੇ ਜਾਇਜ਼ ਕਿ ਨਹੀਂ। ਜਿਹਦੇ ਤੈਨੂੰ ਮਤਲਬ ਹੈ ਉਹ ਮਸਲੇ ਪੁੱਛਦਾ ਵੀ, ਜਿਹੜੇ ਮਸਲਿਆਂ ਨੂੰ ਤੇਰੇ ਨਾਲ ਮਤਲਬ ਹੈ ਤੂੰ ਪੁੱਛਦਾ ਹੀ ਨਹੀਂ, ਜਿਨ੍ਹਾਂ ਨਾਲ ਤੈਨੂੰ ਮਤਲਬ ਆ ਪੁੱਛਦਾ। ਆ ਕਿੰਨੇ ਮੁੰਡੇ ਬੈਠੇ ਨੇ, ਇਹ ਸਾਰੇ ਪੁੱਛਣਗੇ ਮੌਲਵੀ ਜੀ ਆਪਣਾ ਨਸ਼ਾ ਵੇਖਣੀ ਚਾਹੀਦਾ, ਕਿਉਂਕਿ ਵੇਖਦੇ, ਪਰ ਜਿਹੜਾ ਵੇਖਣਾ ਹੈ ਉਹ ਨਹੀਂ। ਹਜ਼ਰਤ ਦੇ ਦੋਸਤਾਂ ਨੂੰ ਕਰਨਾ ਚਾਹ ਰਹੇ ਹਨ, ਅੱਜ ਮੇਰੀਆਂ ਭੈਣਾਂ ਵੀ ਆਈਆਂ ਤੇ ਭਰਾ ਵੀ ਆਏ ਨੇ, ਆਪ ਸੰਦਰਾ ਤੇ ਆਉਣ ਜਿਨ੍ਹਾਂ ਨੂੰ ਫਿਕਰ ਹੋਵੇ ਮੌਤ ਆਉਣੀ ਹੈ, ਅੱਲਾ ਨਾਲ ਮਾ ਸਾਹਮਣਾ ਕਰਨਾ ਹੈ, ਅੱਲਾ ਦੇ ਦਰਬਾਰ ਤੇ ਜਾਣਾ ਹੈ, ਉਹਨਾਂ ਦਾ ਇਮਾਨ ਕੈਸਾ ਹੈ, ਆਪ ਮੈਂ ਤੇਰੇ ਸਾਹਮਣੇ ਨਕਸ਼ਾ ਰੱਖ ਦੇਣਾ ਹੈ, ਅਰਦ ਕਰਨਾ ਚਾਹ ਰਿਹਾ ਹੈ, ਮੇਰੀਆਂ ਭੈਣਾਂ ਵੀ ਸੁਣ, ਮੇਰੇ ਭਰਾ ਵੀ ਸੁਣ, ਹਜ਼ਰਤ ਦੇ ਇਮਾਮ ਆਮਦ ਦਾਦਾ ਹੋਏ ਇੱਕ ਕਾਲੇ ਦਰੰਗ ਦੇ ਬੀਬੀ ਹੈ, ਤੇ ਮੌਤ ਕਿੰਨਾਂ ਨੂੰ ਯਾਦ ਹੈ, ਕਬਰ ਕਿੰਨਾਂ ਨੂੰ ਯਾਦ ਹੈ, ਸੂਤਰ ਪਾਇਆ ਹੈ ਕੱਤੀਆਂ ਕੱਟੀਆਂ ਨੇ, ਤੇ ਕੱਟ ਕੇ ਸੂਤਰ ਮਾਈ ਨੇ, ਆਪਣੇ ਹੱਥਾਂ ਤੇ ਨਿਸ਼ਾਨ ਪਾਏ ਹੋਏ ਨੇ, ਤੇ ਅੱਖਾਂ ਚ ਬੀਬੀ ਦੀ ਨੀਂਦ ਦੇ ਨਿਸ਼ਾਨ ਪੈ ਗਏ ਨੇ, ਤੇ ਆਂਦੀ ਵੇ ਪੁੱਤ ਵੀ ਮਸਲਾ ਦੱਸ, ਆ ਮੈਂ ਸੂਤਰ ਕੱਟ ਕੇ ਵੇਖੀਏ, ਮੈਂ ਦੱਸ ਕੇ ਵੇਚਾਂ, ਆ ਦਿਨ ਦਾ ਕੱਤਿਆ ਰਾਤ ਦਾ ਕੱਤਿਆ। ਤੇ ਇਮਾਮ ਅਹਿਮਦ ਵੀ ਰੋ ਰਹੇ ਨੇ, ਤੇ ਸ਼ਿਗਰਦ ਵੀ ਰੋ ਰਹੇ ਨੇ, ਅੱਜ ਸਾਰੇ ਮੌਲਵੀ ਇੱਕ ਪਾਸੇ ਰੱਖੇ, ਤੇ ਇਮਾਮ ਅਹਿਮਦ ਦੀ ਇੱਕ ਲਿਖੀ ਹੋਈ ਹਦੀਸ ਦਾ ਮੁਕਾਬਲਾ ਨਹੀਂ ਕਰ ਸਕਦੇ। 10 ਲੱਖ ਹਦੀਸ ਰਸੂਲ ਦੇ ਆਖਰ ਦੀ ਮੰਗ, ਤੁਸੀਂ ਕਹਿੰਦੇ ਆਤਮਾ ਚ ਡਾਲੀ, ਤੁਸੀਂ ਕਹਿੰਦੇ ਮੌਲਵੀ ਬਸ ਸਿੱਟ ਜਾਣੇ, ਓਏ ਮੌਲਵੀ ਹੋਵੇ ਤੇ ਨਾਸਰ ਬਦਲੀ ਤਜ਼ਕਰੇ 103 ਚੱਕ ਰਹੀ ਯਾਰ ਕੰਮ ਕਰਦਾ ਪਿਆ ਹੈ, ਹੋਵੇ ਮੌਲਵੀ ਹੋਵੇ ਲਾਮਾ ਹੋਵੇ ਮੁਹੱਦਸ, ਆਵੇ ਅਸੀਂ ਹੋ ਵੀ ਪਏ ਹਾਂ ਤੇ ਆਪਣੇ ਆਪ ਨੂੰ ਉਸ ਦੇ ਵੀ ਪਏ, ਇਮਾਮ ਕੁਆਦੀ ਵੇ ਪੁੱਤਰ ਤੇ ਸ਼ਿਗਰਦ ਵੀ ਰੋ ਰਹੇ ਨੇ ਤੇ ਤੂੰ ਵੀ ਰੋ ਰਹੇ, ਆਂਦੇ ਅੱਮਾ ਅੱਜ ਪਤਾ ਲੱਗਾ ਹੈ ਆਪ ਤੋਂ ਜ਼ਿਆਦਾ ਵੀ ਜ਼ਮੀਨ ਤੇ ਪ੍ਰਭ ਪ੍ਰਭ ਵਾਲਾ ਵਸਦਾ। ਆਹ ਕਿਤਨੇ ਮੁਸਲਮਾਨ ਬੈਠੇ ਗੱਲਾਂ ਸੇ ਕਰਦੇ ਹਨ,
اپنے دل میں کبھی سوچے جنازہ دیکھ کے کبھی ڈرے، جوان موت دیکھ کے کبھی ڈرے، کسی کا گھر گرا ہو کبھی ڈرے، زلزلہ آیا کبھی ڈرے، سیلاب آئے کبھی ڈرے، بتائیں بجلی کڑکتی کبھی ڈرے، ہاں ٹائر کو تھا بندے کو کبھی ڈرے کہ یار چکا پلا سی دیکھ پیا ٹائر ہو گیا فالج ہو گیا، کبھی ڈرے ہی اللہ چکا پلا بندہ سی ہاتھ نال چنڈ مارتا سی بندے نوں گل پیندی سی ایدا ہاتھ جتنا بھی چھنڈ ہو گیا سارا فالج ہو گیا، کبھی اللہ دا ڈر اونوں دیکھ کے اپنے دل چ لے آندا، کبھی تیری اکھاں چ آنسو آئے فالج والے نوں ویکھ کے کہ میرے یار میں معافی مانگ لی، اللہ مینوں کسے دا محتاج نہیں کر، کبھی کیتا ہی اپنے اندر دے ہے جتنی آنکھاں روڑیاں نے میں ویکھ رہا سہری ہلے تھوجو نہ لو گل سنتے پینے تے میں سد کے جا سلوک کرنا تانوں بھائی بھائی کیسا مندر ہر بندے کا سر نہیں رہے اپنے کہ تھوجو نہ گفتگو سنتے پینے بلکہ میں ایس پی داؤد ملک صاحب بہت بڑے افیسر ہیں
और मैं उनके पास बैठा था तुकारा में। वो एस पी साहब मुझे कहने लगे ये कानून की किसी किताब में नहीं लिखा। वो इन्वेस्टिगेशन के एस पी थे तो उन्होंने मुझे कहा कि किसी कानून की किताब में नहीं लिखा कि आप कसम से फैसला करें हमें अल्लाह ने अफसर बनाया है हम बातों से झूठ निकाले सच्चा कौन है झूठा। और यहाँ अफसर भी कसमों पर यकीन करके फैसले करना शुरू हो जरा कसमा चुकवा के अफसर फैसला करता है समझो हक राम वो अपना दबाव नहीं रखता जजमेंट नहीं करता। हाँ जी कसमा तक कोई फैसला नहीं हमें पाकिया की कसम ले लो ਲਾਹੌਰ ਤੇ ਜਨਾਬ ਨੇ ਸ਼ੇਖੂਪੁਰਾ ਇੱਕ ਡਿਵੀਜ਼ਨ ਮੈਂ ਡਿਵੀਜ਼ਨ ਦਾ ਅਫਸਰ ਸੀ ਉਹਦੇ ਕੋਲ ਬੈਠਾ ਮੈਂ ਤੇ ਮੈਨੂੰ ਪੁੱਛਿਆ ਜਨਾਬ ਇਹ ਬੜੀ ਜ਼ਿਆਦਤੀ ਹੈ ਕਿ ਜੇ ਬੰਦੇ ਤੇ ਐਫ ਆਈ ਆਰ ਹੁੰਦੀ ਹੈ ਤਫਤੀਸ਼ ਵੀ ਨਹੀਂ ਹੋਈ ਹੁੰਦੀ ਤਾਂ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਵਿਚਾਰਾ ਕੱਚੀ ਜ਼ਮਾਨਤ ਕਰਾਉਂਦਾ ਵਕੀਲ ਨੂੰ ਪੈਸੇ ਭਰਦਾ ਹੈ ਤੇ ਜਨਾਬ ਅਗਰ ਉਹ ਬੇਗਨਾਹ ਹੋਏ ਉਹਦੀ ਇੱਜ਼ਤ ਤੇ ਰੁੜਕੀ ਨਾ ਮਾਸ਼ੇ ਵਿੱਚ ਬਰਾਦਰੀ 'ਚ ਵੀ ਗਲੀ 'ਚ ਵੀ ਬਾਜ਼ਾਰ 'ਚ ਵੀ ਤੇ ਕਹਿੰਦਾ ਯੂ ਆਰ ਰਾਈਟ ਬਕਰੀ ਸਾਹਿਬ ਦੇ ਉੱਪਰ ਟੀ ਗਏ ਇੱਜ਼ਤ ਮਾਂ ਬਾਪ ਇਸਮਾਇਲ ਸਾਹਿਬ ਅੱਲਾਹ ਆਪਕੋ ਉਮਰ ਮੇਂ ਬਰਕਤ ਦੇ ਉਨਕੇ ਬਾਦ ਵੀ ਬਹੁਤ ਦੇ ਮਸਜਿਦ ਬਣਾਈ ਉਨ੍ਹਾਂ ਨੇ ਆਪਣੇ ਇਲਾਕੇ ਮੇਂ ਬਤੋ ਮੰਦੀ ਕੇ ਸਾਥ ਇੱਕ ਗਾਂਵ ਮੇਂ ਵੀ ਦੀਆਂ ਹਾਂ ਮਸਜਿਦ ਬਣਾਈ ਗਈ ਉਨ੍ਹਾਂ ਆਪਣੇ ਹੱਥੋਂ ਸੇ ਉਹ ਮੇਰੇ ਸਾਰੀ ਬਾਤ ਸੁਣਾਈ ਕਹਿੰਦੇ ਬਿਲਕੁਲ ਮੈਂ ਆਪਣੇ ਮਾਤਾ ਅਫਸਰੋਂ ਕੋ ਕਹਾ ਜਾ ਪੁੱਤਾ ਕਿ ਜੁਰਮ ਸਾਬਤ ਨਾ ਹੋ ਬੰਦੇ ਕੋ ਅਰੈਸਟ ਨਹੀਂ ਕਰਨਾ ਕੱਚੀ ਜ਼ਮਾਨਤ ਨਹੀਂ ਕਰਾਉਣੀ ਦੇਣੀ ਵਕੀਲ ਕੇ ਪਾਸ ਨਹੀਂ ਭੇਜਣਾ ਉਹਨੂੰ ਡਰਾਉਣਾ ਵੀ ਨਹੀਂ ਉਹਨੂੰ ਕਹਿਣਾ ਮੇਰੇ ਕੋਲ ਆ ਤੋ ਚਾਰ ਪੇਸ਼ੀਆਂ 'ਚ ਵੇਖੋ ਜਿਹੜਾ ਗੁਨਾਹਗਾਰ ਨੂੰ ਉੱਥੇ ਹੀ ਭਾਰ ਆ ਦੂਜਿਆਂ ਨੂੰ ਸਾਫ ਕਰ ਦਿਓ ਕੀ ਹੁੰਦੇ ਅਫਸਰ ਐਸੇ ਅਫਸਰ ਅਗਰ ਪੂਰੇ ਪਾਕਿਸਤਾਨ ਮੇ ਆ ਜਾਏ ਹਰ ਆਰ ਪੀ ਓ ਹਰ ਡੀ ਪੀ ਓ ਹਰ ਐਸ ਐਚ ਓ ਇਸ ਨੈਟ ਪੇ ਆ ਜਾਏ ਕਿ ਮੈਨੇ ਤਫਤੀਸ਼ ਕਰਕੇ ਗ੍ਰਿਫਤਾਰੀ ਡਾਲੀ ਅੱਲਾਹ ਦੀ ਕਸਮ ਹੈ ਪਾਕਿਸਤਾਨ ਮੇ ਲੋਕ ਝੂਠੇ ਬੱਚੇ ਡਰਾਉਣੇ ਛੋੜ ਗਏ ਮਗਰ ਅਪਨੇ ਇਤਨਾ ਬਰਦਾਰੀ ਹਾਂ ਕਸੂਰ ਏਕ ਕਾ ਹੋਤਾ ਹੈ ਚਾਰ ਬੰਦੋ ਕੋ ਨਜਾਇਜ਼ ਬੀਚ ਮੇ ਰੱਖ ਲੇਤੇ ਬਸ ਫਿਰ ਵੀ ਪਾ ਰਹੇ ਪਾ ਰਹੇ ਇਹ ਕਲਮਾ ਪੜ੍ਹ ਕੇ ਦੱਸੋ ਕਿਹੜੀ ਮੈਂ ਗੱਲ ਕਰ ਰਿਹਾ ਸਾਡੇ ਮੁਆਸ਼ਰੇ 'ਚ ਹੈ ਕਿ ਨਹੀਂ ਹੈ ਇਹ ਠੀਕ ਕਿਸਨੇ ਕਰਨੀ ਮੌਲਵੀ ਦੇ ਮਸਲੇ ਕਰਦੇ ਨਹੀਂ ਮੌਲਵੀ ਜੁਮਾ ਪੜ੍ਹਾਉਂਦੇ ਨੇ ਤੁਸੀਂ ਜੁਮਾ ਪੜ੍ਹ ਕੇ ਚਲੇ ਜਾਂਦੇ ਜੇ ਉਹਨਾਂ ਇਹੋ ਜਿਹੇ ਮਸਲੇ ਕਰਨੇ ਨਹੀਂ ਤੁਸੀਂ ਸੁਣਨੇ ਨਹੀਂ ਇਹ ਮੈਂ ਕਿਉਂ ਨਬਜ਼ ਪਿਆ ਹੱਥ ਰੱਖਦਾ ਹਾਂ ਤਾਂ ਕਿ ਸ਼ੀਸ਼ਾ ਵੇਖੀਏ ਕਿ ਅੰਦਰ ਜਾ ਕੇ ਦੇਖੀਏ ਅਸੀਂ ਹੈ ਕੀ ਹੈ